ਇਹ ਲੋਕ ਜਿਹੜੇ ਅੱਜ ਸਾਨੂੰ ਤੋੜ ਰਹੇ ਨੇ, ਮੈਂ ਇੱਕ ਗੱਲ ਤਾਂ ਕਹਿਣ ਲੱਗਾ, ਬੜੀ ਵਾਇਰਲ ਹੋਈ ਹੈ, ਮੈਨੂੰ ਲਾਣ ਲੈਣ 'ਚ ਕੋਈ ਗਰੇਜ਼ ਨਹੀਂ ਹੈਗੀ। ਪੰਥ ਪ੍ਰੀਤ ਇੱਕ ਅਜਿਹਾ ਨਸੂਰ ਜੰਮ ਪਿਆ ਸਾਡੀ ਕੌਮ ਦੇ ਅੰਦਰ, ਉਹ ਦਸਾਂ ਪੰਦਰਾਂ ਸਿੰਘਾਂ ਨੂੰ ਵਹਾ ਕੇ ਬੈਠਾ। ਮੈਂ ਖੁਦ ਸਾਰਾ ਕੁਛ ਸੁਣਿਆ ਅਤੇ ਮੈਂ ਤੁਹਾਡੇ 'ਤੇ ਸਵਾਲ ਕਰਨਾ ਹੁਣ, ਦਸਾਂ ਪੰਦਰਾਂ ਜਾਣਿਆਂ ਨੂੰ ਵਹਾ ਕੇ ਬੈਠਾ ਹੈ ਅਤੇ ਗੱਲ ਉਹ ਕਹਿ ਰਿਹਾ ਹੈ ਕਿ ਪਿੰਡਰਾਂ ਵਾਲਿਆਂ ਸੰਤਾਂ ਨੇ ਪੰਜਾਂ ਸਰੋਵਰਾਂ ਦੀ ਕਥਾ ਸੁਣਾਈ ਹੈ, ਅਤੇ ਉਹ ਪੰਜ ਕਿਹੜੇ ਨੇ? ਉਹ ਗਿਣਦਾ ਹੈ ਕਿ ਇੱਕ ਸਰੋਵਰ ਆ ਸੰਤੋਖ ਸਰ, ਇੱਕ ਸਰੋਵਰ ਆ ਵਿਵੇਕ ਸਰ, ਇੱਕ ਸਰੋਵਰ ਆ ਕੌਲ ਸਰ, ਇੱਕ ਸਰੋਵਰ ਹੈਗਾ ਵੱਡਾ ਗੁਰੂ ਕਾ ਅੰਮ੍ਰਿਤਸਰ। ਅਤੇ ਉਹ ਕਹਿੰਦਾ ਪੰਜਵਾਂ ਕਿਹੜਾ ਹੈ ਹੀ ਨਹੀਂ, ਅਤੇ ਜਿਹੜੇ ਮੇਰੇ ਅੱਗੇ ਲਾਗੇ ਬੈਠੇ ਆ ਨਾ, ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਨ ਲੱਗਾ, ਅਸੀਂ ਗੁੰਮਰਾਹ ਕਿੰਨੀ ਛੇਤੀ ਹੋਣੇ। ਉਹਨਾਂ ਸੋਚਿਆ ਕੱਖ ਨਹੀਂ, ਉਹ ਕਹਿੰਦੇ ਜੀ ਹੋਰ ਬਣਾ ਲੈਣਗੇ। ਉਹ ਗੁਰੂ ਕੇ ਸਿੱਖੋ, ਆਪਣੇ ਇਤਿਹਾਸ ਤੇ ਝਾਤੀ ਤੇ ਮਾਰੋ, ਵਿਚਾਰ ਤੇ ਕਰੋ ਕੁਛ। ਕਹਿੰਦੇ ਜੀ ਹੋਰ ਬਣਾ ਲੈਣਗੇ। ਬੜਾ ਦੁੱਖ ਹੋਇਆ, ਮੈਂ ਕਿਹਾ ਇਹਨਾਂ ਚੋਂ ਇਹ ਖੁਦ ਤੇ ਆਇਆ ਨੀ, ਆਹ ਜਿਹੜੇ ਵਿੱਚ ਬੈਠੇ ਆ ਸਿਰ ਲਾਈ ਜਾਂਦੇ ਵੀ ਨਹੀਂ ਜਾਏ। ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਕੋਲ ਪੰਜਵਾਂ ਸਰੋਵਰ ਕਿਹੜਾ ਹੈ, ਤੇ ਇਹ ਉਹਦੇ ਤੇ ਟੀਕਾ ਟਿੱਪਣੀ ਕਿਉਂ ਹੋਈ? ਮੈਂ ਇੱਕ ਦਿਨ ਇੱਥੇ ਸਵਾਲ ਕੀਤਾ ਸੀ, ਮੇਰੇ ਵੀਰਾਂ ਨੇ ਦੱਸਿਆ ਜੀ ਉਹ ਸਰੋਵਰ ਹੈਗਾ ਰਾਮਸਰ। ਗੁਰੂ ਕੇ ਸਿੱਖੋ, ਰਾਮਸਰ ਦਾ ਸਰੋਵਰ ਜਿਹਦੇ ਕੰਢੇ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ। ਜਿਸ ਦਿਨ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਉਂਦਾ ਹੈ, ਉਸ ਪਵਿੱਤਰ ਧਰਤੀ ਤੋਂ ਗੁਰੂ ਰਾਮਦਾਸ ਰਾਮਸਰ ਦੀ ਧਰਤੀ ਤੋਂ ਨਗਰ ਕੀਰਤਨ ਹਰਿਮੰਦਰ ਸਾਹਿਬ ਜਾਂਦਾ ਹੈ। ਉਹਨੂੰ ਕਟਾਕਸ਼ ਕਰਨ ਦਾ, ਉਹਦੇ ਉੱਤੇ ਇਹ ਗੱਲ ਕਹਿਣ ਦਾ ਯਤਨ ਕਿਉਂ ਕੀਤਾ ਗਿਆ ਹੈ? ਜਿੱਥੇ ਸਾਨੂੰ ਬਾਕੀ ਬਾਣੀਆਂ ਨੂੰ ਤੋੜਿਆ ਜਾਂਦਾ ਹੈ, ਉਹ ਅਤੇ ਜੇ ਪੰਜ ਬਾਣੀਆਂ ਹੈ ਨਹੀਂ, ਜਾਪ ਸਾਹਿਬ ਹੈ ਨਹੀਂ, ਚੌਪਾਈ ਸਾਹਿਬ ਹੈ ਨਹੀਂ, ਅਤੇ ਫਿਰ ਅੰਮ੍ਰਿਤ ਕਿੱਥੋਂ ਆਇਆ? ਇੱਕ ਸਵਾਲ ਤਾਂ ਇਹ ਉੱਠਿਆ। ਅਤੇ ਦੂਸਰਾ ਇਹ ਠਾ ਇਸ ਕਰਕੇ ਸ਼ੁਰੂ ਕੀਤਾ ਹੈ ਕਿ ਜੇ ਰਾਮਸਰ ਹੈ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਕਿੱਥੋਂ ਆਇਆ? ਇਹੋ ਜਿਹੇ ਭੇੜੀਏ ਲੋਕ ਸਾਡੇ 'ਚ ਪੈਦਾ ਹੋਏ ਨੇ, ਇਹਨਾਂ ਤੋਂ ਬਚਣ ਦੀ ਲੋੜ ਆ। ਅੰਮ੍ਰਿਤਸਰ ਜਾਂਦੇ ਹੋ, ਜਿੱਥੇ ਦਰਬਾਰ ਸਾਹਿਬ ਜਾਂਦੇ ਹੋ, ਬਾਕੀ ਸਰੋਵਰਾਂ ਦੇ ਦਰਸ਼ਨ ਕਰੋ ਤਾਂ ਕਿ ਤੁਹਾਨੂੰ ਕੋਈ ਗੁੰਮਰਾਹ ਨਾ ਕਰ ਸਕੇ। ਬਾਬੇ ਦੀਪ ਸਿੰਘ ਸ਼ਹੀਦ ਦੇ ਨਾਲ ਗੁਰਦੁਆਰਾ ਹੈ, ਉਹਦੇ ਨਾਲ ਗੁਰੂ ਰਾਮਦਾਸ ਸਰੋਵਰ ਹੈ, ਉਹਦੇ ਕੰਢੇ ਤੇ ਬਹਿ ਕੇ ਗੁਰੂ ਪੰਚਮ ਪਾਤਸ਼ਾਹ ਨੇ ਇਸ ਭੀੜ ਦੀ ਰਚਨਾ ਕੀਤੀ ਹੈ। ਅਤੇ ਉਹ ਕਹਿੰਦਾ ਹੈਗਾ ਹੀ ਨਹੀਂ, ਅਤੇ ਮੇਰੇ ਅਰਗੇ ਲਾਗੇ ਬੈਠੇ ਸਿਰ ਲਾਈ ਜਾਂਦੇ ਜੀ ਹੋਰ ਬਣਾ ਲੈਣਗੇ। ਉਹਦਾ ਕਾਰਨ ਕੀ ਬਣਿਆ? ਕਿਉਂਕਿ ਅਸੀਂ ਖੁਦ ਵੇਸਲੇ ਹਾਂ, ਸਾਨੂੰ ਪਤਾ ਹੀ ਨਹੀਂ ਸਾਡਾ ਇਤਿਹਾਸ ਕੀ ਹੈ।